ਸਰਬੰਸ ਦਾਨੀ ਬਾਜਾਂ ਵਾਲਾ ਮਾਹੀ ਸੰਤ ਸਾਹੀ ਚਮਕੌਰ ਸਾਹਿਬ ਦੀ ਗੜੀ ਚ ਪੰਜਾਂ ਪੈਰਾਂ ਦਾ ਹੁਕਮ ਮੰਨ ਕੇ ਮਾਛੀਵਾੜ ਦੇ ਜੰਗਲਾਂ 'ਚ ਪਹੁੰਚਦਾ ਇੱਕ ਦਰਖਤ ਦਾ ਸਹਾਰਾ ਲੈਂਦਾ ਤੇ ਅੱਖ ਲੱਗ ਜਾਂਦੀ ਜੰਗਲ ਦੀਆਂ ਹਵਾਵਾਂ ਤੇਜ਼ ਵੱਜਦੀਆਂ ਨੇ ਪੱਤੇ ਖੜਖੜ ਕਰਦੇ ਨੇ ਜੰਗਲ ਕੋਲ ਬਰਦਾਸ਼ਤ ਨਹੀਂ ਹੁੰਦਾ ਖੁਦਾ ਕੇ ਦੁਆ ਕਰਦਾ ਮੈਨੂੰ ਜ਼ੁਬਾਨ ਦੇ ਇਹਨਾਂ ਪੱਤਿਆਂ ਨਾਲ ਹਵਾਵਾਂ ਨਾਲ ਦੋ ਚਾਰ ਗੱਲਾਂ ਕਰ ਸਕਾਂ ਇਹਨਾਂ ਨੂੰ ਦੱਸਾਂ ਕਿ ਅੱਜ ਸ਼ੋਰ ਨਾ ਕਰੋ ਪੱਤਿਓ ਅੱਜ ਖੜਖੜ ਨਾ ਕਰੋ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਮੇਰੇ ਵਿਹੜੇ ਦੋ ਜਹਾਂ ਦਾ ਮਾਲਕ ਹੈ ਉਹ ਜੰਗਲ ਦੱਸਦਾ ਇਹ ਕੌਣ ਹੈ ਕਿੱਥੋਂ ਆਇਆ ਤੇ ਕੀ ਕਰਕੇ ਆਇਆ ਚਲੋ ਤਵੱਜੋ ਦੇਣਾ ਸਾਕ ਸਬੰਧੀ ਪੂਰੀ ਦੀ ਪੂਰੀ ਬੇੜੀ ਨਦੀ ਦੇ ਉੱਪਰ ਤੈਰਦੀ ਗਈ ਬੇੜੇ ਕਰਦਾ ਤੋ